ਸਤਿਗੁਰ ਜੀ ਸਾਰਿਆਂ ਨੂੰ ਸਨਦਾ ਤੁਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲੇ ਅਪਡੇਟ ਵੱਲ ਚੱਲਦੇ ਹਾਂ ਜੀ ਇਟਲੀ ਦੇ ਵਿੱਚ ਪੇਪਰ ਦੁਬਾਰਾ ਖੁੱਲਣ ਦੀ ਗੱਲ ਚੱਲ ਰਹੀ ਹੈ ਸਰਕਾਰ ਦੁਆਰਾ ਦੇਖ ਰਹੀ ਹੈ ਕਿਸ ਦਿਨ ਪੇਪਰ ਖੋਲ ਸਕਦੀ ਹੈ ਸਰਕਾਰ ਨੇ ਇਟਲੀ ਦੇ ਵਿੱਚ ਜਿੰਨੇ ਵੀ ਸਿੰਡੀਕੇਟ ਨੇ ਜਿੰਨੀਆਂ ਵੀ ਕੰਮ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਟਾਈਮ ਦਿੱਤਾ ਕਿ 5 ਅਪ੍ਰੈਲ ਤੱਕ ਸਾਨੂੰ ਟੋਟਲ ਗਿਣਤੀ ਲਾ ਕੇ ਦੱਸੋ ਔਸਤ ਦੱਸੋ ਕਿੰਨੇ ਬੰਦੇ ਲੋੜ ਕਿੰਨੇ ਬੰਦਿਆਂ ਦੀ ਲੋੜ ਐਸ ਟਾਈਮ ਕੋਲ ਦੀ ਰੈਤੀ ਵਾਲਿਆਂ ਨੇ ਇੱਕ ਆਈਡੀਆ ਲਾਇਆ ਕਿ ਤਕਰੀਬਨ 3 ਤੋਂ 4 ਲੱਖ ਬੰਦੇ ਦੀ ਲੋੜ ਆ ਘੱਟ ਤੋਂ ਘੱਟ 1 ਲੱਖ 20 ਤਾਂ ਜਿਹੜਾ ਐਮਰਜੈਂਸੀ ਦੇ ਵਿੱਚ ਚਾਹੀਦਾ ਹੁਣ ਜਿਹੜਾ 82000 ਤੋਂ ਉੱਤੇ ਬੰਦਿਆਂ ਦੇ ਪੇਪਰ ਖੋਲੇ ਸੀ 82705 ਇਹਨਾਂ ਦੇ ਵਿੱਚੋਂ ਸਿਰਫ 40 44000 ਬੰਦਾ ਹੀ ਖੇਤੀਬਾੜੀ ਦੇ ਵਿੱਚ ਸੀਗਾ ਪਰ ਜੇਕਰ ਗੱਲ ਕੀਤੀ ਜਾਵੇ ਐਸ ਵਾਰ ਫਿਰ 2020 ਦੀ ਤਰ੍ਹਾਂ 2020 21 22 ਜਾਂ 23 ਦੇ ਵਿੱਚ ਵੀ ਗੱਲ ਖਰੀਦੀ ਤਰ੍ਹਾਂ ਡੋਮੈਸਟਿਕ ਨੂੰ ਸਾਈਡ ਤੇ ਰੱਖਿਆ ਗਿਆ ਏਜੰਟ ਡੋਮੈਸਟਿਕ ਵਾਲੇ ਪੇਪਰ ਨੇ ਇਹਨਾਂ ਦੇ ਬਾਰੇ ਕੋਈ ਗੱਲ ਨਹੀਂ ਕਰ ਰਿਆ ਗੱਲਬਾਤ ਇਹ ਕੀਤੀ ਜਾ ਰਹੀ ਹੈ ਕਿ ਏਟਲੀ ਦੇ ਵਿੱਚ ਡੋਮੈਸਟਿਕ ਬੰਦਿਆਂ ਦੀ ਵੀ ਬਹੁਤ ਲੋੜ ਆ ਹੁਣ ਜਦੋਂ ਅਸੀਂ ਡੋਮੈਸਟਿਕ ਬੰਦਿਆਂ ਦੀ ਲੋੜ ਦੀ ਗੱਲ ਕਰਦੇ ਆ ਇਹ ਆ ਜੀ ਉਹ ਜਿਹਦੇ ਨਾਲ ਘਰ ਦੇ ਵਿੱਚ ਕੰਟੈਕਟ ਕਰ ਸਕਦੇ ਜਿਸ ਟਾਈਮ ਇਹ ਪੇਪਰ ਖੁੱਲਦੇ ਆ ਉਸ ਵੇਲੇ ਸਾਨੂੰ ਕਿਸੇ ਹੋਰ ਏਜੰਟ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ ਜੇਕਰ ਸਾਡਾ ਰਹਿਦੀ ਤੋਂ ਕੋਦ ਵੱਡੀ ਆ ਤਾਂ ਅਸੀਂ ਆਪ ਹੀ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਜਾਣ ਪਛਾਣ ਨੂੰ ਇੱਕ ਇਸ ਨੂੰ ਵੀ ਬੁਲਾ ਸਕਦੇ ਆਪਣੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਹੁਣ ਸਵਾਲ ਇਹ ਹੈ ਕਿ ਇਟਲੀ ਦੇ ਵਿੱਚ ਐਗਰੀਕਲਚਰ ਦੇ ਮਨਿਸਟਰ ਦੀ ਟੂਰਿਸਟ ਜਿਹੜਾ ਮਨਿਸਟਰ ਆ ਲੇਬਰ ਮਨਿਸਟਰ ਆ ਇੰਡਸਟਰੀ ਦੇ ਮਨਿਸਟਰ ਨੇ ਮੇਡ ਇਨ ਇਟਲੀ ਦੇ ਜਿਹੜੇ ਮਨਿਸਟਰ ਨੇ ਇਹਨਾਂ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਜਿਸ ਦੇ ਤੋਂ ਇਹ ਸਿੱਟਾ ਲੱਗਾ ਸਾਹਮਣੇ ਲੱਗਾ ਕਿ ਜਿਹੜਾ ਨਵਾਂ ਦਿਖ ਰਿਹਾ ਏ ਤੋਂ ਐਮਰਜੈਂਸੀ ਦੇ ਵਿੱਚ ਖੁੱਲਣਾ ਦਿਖ ਰਿਹਾ ਤੋਂ ਫਲੂਸੀ ਇਟਲੀ ਦੇ ਜਿਹੜੇ ਨਵੇਂ ਪੇਪਰ ਖੁੱਲਣੇ ਆ ਘੱਟ ਤੋਂ ਘੱਟ 1,60,000 ਬੰਦੇ ਦੇ ਖੋਲਣੇ ਚਾਹੀਦੇ ਆ 2023 ਦੇ ਵਿੱਚ ਇਹਨੂੰ ਹੁਣ ਦੋ ਤਰੀਕਿਆਂ ਦੇ ਨਾਲ ਲਿਆ ਜਾ ਸਕਦਾ ਇੱਕ ਤਾਂ 82,000 ਬੰਦਿਆਂ ਦੀ ਇਹਨਾਂ ਨੇ ਕੱਢ ਤੇ ਕਿ 82,000 ਬੰਦੇ ਯਾਨੀ 82,000 ਕੋਟਾ ਪਹਿਲਾਂ ਕੱਢਿਆ 82,000 ਹੀ ਦੁਬਾਰਾ ਕੱਢੂਗੇ ਜਾਂ ਫਿਰ ਦੂਸਰੇ ਤਰੀਕੇ ਦੇ ਨਾਲ ਜਿਵੇਂ ਅਸੀਂ ਦੇਖੀਏ 82,000 ਤੋਂ ਤਕਰੀਬਨ 40-44,000 ਇਹਨਾਂ ਨੇ ਐਸਵਾਰ ਅਗਰੀਕਲਚਰ ਕੀਤਾ ਸੀ 1,20 ਦਾ ਕੋਟਾ ਦੁਬਾਰਾ ਖੋਲੂਗੇ ਕੋਮਕਮਾ ਕੇ ਉਹ ਗੱਲ ਮੁੱਕਦੀ ਹੈ ਜੀ ਕਿ 80 ਤੋਂ 80000 ਤੋਂ ਲੈ ਕੇ ਲੱਖ ਬੰਦੇ ਤੱਕ ਦਾ ਕੋਟਾ ਦੁਬਾਰਾ ਖੁੱਲਣ ਜਾ ਰਿਹਾ ਇਟਲੀ ਦੇ ਵਿੱਚ ਕਿਸੇ ਵੀ ਟਾਈਮ ਇਹ ਜਿਹੜੀ ਗੁੱਡ ਨਿਊਜ਼ ਆ ਸਕਦੀ ਹੈ ਕਿਉਂਕਿ ਇਟਲੀ ਦੇ ਵਿੱਚ ਕੰਮ ਦੀ ਬਹੁਤ ਲੋੜ ਹੈ ਉਧਰ ਜਿੱਥੇ ਇੱਕ ਪਾਸੇ ਸਰਕਾਰ ਇੱਕ ਨੰਬਰ ਦੇ ਵਿੱਚ ਬੰਦਿਆਂ ਨੂੰ ਇਟਲੀ ਦੇ ਵਿੱਚ ਬੁਲਾਉਣ ਦੇ ਲਈ ਬਹੁਤ ਸਾਰੀਆਂ ਸਕੀਮਾਂ ਲਾ ਰਹੀ ਹੈ ਇੰਡਸਟਰੀ ਲੇਬਰ ਟੂਰਿਸਟ ਅਗਰੀਕਲਚਰ ਇਹ ਸਾਰੇ ਮਿਨਿਸਟਰ ਮੀਟਿੰਗਾਂ ਕਰ ਰਹੇ ਨੇ ਦੂਸਰੇ ਪਾਸੇ ਜਿਹੜਾ ਗ੍ਰਹਿ ਮੰਤਰਾਲੇ ਇਟਲੀ ਦਾ ਜੇ ਅਸੀਂ ਗੱਲ ਕਰਦੇ 22 ਨਾਲੇ ਹੋ ਗਿਆ ਮਿਨਿਸਟਰ ਦਲਿੰ ਤਹਿਰਨ ਹੋ ਗਿਆ ਇਹ ਬਹੁਤ ਹੀ ਕਸੂਤੇ ਫਸੇ ਹੋਇਆ ਜੋ ਮੌਜੂਦਾ ਸਰਕਾਰ ਆ ਜਿਹੜੇ ਇਹਨਾਂ ਨੇ ਵੋਟਾਂ ਦੇ ਵਿਲੇ ਵਾਅਦੇ ਕੀਤੇ ਸੀ ਜਿਹੜੇ ਸ਼ਰਤਾਂ ਵਾਅਦੇ ਇਹਨਾਂ ਨੇ ਕੀਤੇ ਹੋਏ ਸੀ ਐਸ ਟਾਈਮ ਉਹਨਾਂ ਦੇ ਉੱਤੇ ਖਰੇ ਨਹੀਂ ਉਤਰ ਰਹੇ ਕਾਰਨ ਕੀ ਹੈ ਜੀ ਕਾਰਨ ਹੈ ਜੀ ਇਲੀਗਲ ਇਮੀਗ੍ਰੇਸ਼ਨ ਜੇਕਰ ਪਿਛਲੇ 1 ਸਾਲ ਦੀ ਆਫਸ ਕੱਢਦੇ ਆ ਤਾਂ ਉਸ ਹਿਸਾਬ ਦੇ ਨਾਲ 400% ਬੰਦੇ ਇਟਲੀ ਦੇ ਵਿੱਚ ਇਲੀਗਲ ਤੌਰ ਤੇ ਜ਼ਿਆਦਾ ਹੋ ਗਏ। 6700 ਤੋਂ ਲੈ ਕੇ 27227 ਬੰਦੇ ਆ ਗਏ ਨੇ। 120 ਤੋਂ ਵੱਧ ਬੰਦੇ ਇਸ ਟਾਈਮ ਇਟਲੀ ਦੇ ਜਿਹੜੇ ਚੈਂਤਰੀਓ ਕੋਲਜੈਂਸਾ ਇਟਲੀ ਦੇ ਕੈਂਪਾਂ ਦੇ ਵਿੱਚ ਬੈਠੇ ਆ। ਸਿਰਫ ਜੇਕਰ ਫਰਵਰੀ ਦੀ ਗੱਲਬਾਤ ਕੀਤੀ ਜਾਵੇ ਪਿਛਲੇ ਸਾਲ ਦੀ ਤਾਂ ਉਸ ਟਾਈਮ 77000 ਬੰਦਾ ਇਟਲੀ ਦੇ ਵਿੱਚ ਸੀਗਾ। ਤੇ ਇਸ ਟਾਈਮ 2023 ਦੀ ਫਰਵਰੀ ਦੇ ਵਿੱਚ 43000 ਬੰਦਾ ਐਕਸਟਰਾ। ਸਿਰਫ ਮਾਰਚ ਦੇ ਮਹੀਨੇ ਦੇ ਵਿੱਚ ਹੀ 12796 ਅਸੀਂ ਕਹਿ ਸਕਦੇ 13000 ਬੰਦਾ ਇੱਕ ਮਹੀਨੇ ਦੇ ਵਿੱਚ ਹੀ ਐਂਟਰ ਹੋਇਆ ਤੇ ਹੁਣ ਮੋਦੇ ਜਿਹੜੀ ਇਹਨਾਂ ਨੂੰ ਰਿਪੋਰਟ ਮਿਲ ਰਹੀ ਹੈ ਸਰਕਾਰ ਨੂੰ ਦਿਨ ਪਦਰੇ ਆਉਣ ਵਾਲਿਆ ਮੌਸਮ ਸਾਫ਼ ਹੋਣ ਵਾਲਾ ਹੈ ਗਰਮੀਆਂ ਦੇ ਮਹੀਨਿਆਂ ਦੇ ਵਿੱਚ ਰੋਜ਼ 2 ਤੋਂ 5000 ਬੰਦਾ ਇਟਲੀ ਦੇ ਵਿੱਚ ਐਂਟਰ ਹੋ ਸਕਦਾ ਹੁਣ ਇਸ ਚੀਜ਼ ਨੂੰ ਰੋਕਣ ਦੇ ਲਈ ਆਪਣੇ ਵਾਅਦਿਆਂ ਨੂੰ ਪੂਰੇ ਕਰਨ ਦੇ ਲਈ ਇਟਲੀ ਦੇ ਪਾਰ ਨਾ ਪਾਣ ਦੇ ਲਈ ਸਰਕਾਰ ਕੀ ਕਰਨ ਜਾ ਰਹੀ ਹੈ ਸਰਕਾਰ ਸੀਪੀਆਰ ਖੋਲਣ ਜਾ ਰਹੀ ਹੈ ਚੈਂਤਰੀ ਦੀ ਪਰਮਨੈਂਸਾ ਪਰ ਰਿੰਪਾਟਰੀ ਇਹ ਹੋਣਗੇ ਡਿਪੋਰਟ ਕਰਨ ਵਾਲੇ ਕੈਂਪ ਇਟਲੀ ਦੀ ਹਰ ਸਟੇਟ ਦੇ ਵਿੱਚ ਡਿਪੋਰਟ ਕਰਨ ਵਾਲੇ ਕੈਂਪ ਹੋਣਗੇ ਜਿਨ੍ਹਾਂ ਦੇ ਵਿੱਚ ਜਿੱਦਾਂ ਜਿੱਦਾਂ ਬੰਦਿਆਂ ਦੀ شناخت ਹੋਈ ਗਈ ਉਹਨਾਂ ਨੂੰ ਨਾਲ ਦੀ ਨਾਲ ਤੋੜ ਜਾਣਾ ਜਿਹੜੇ ਬੰਦੇ ਇਟਲੀ ਦੇ ਵਿੱਚ ਆਉਂਦੇ ਆ ਜੇ ਤਾਂ ਉਹਨਾਂ ਨੇ ਆਪਣੀ ਅਸਲੀ ਆਈਡੈਂਟੀ ਦੱਸਦੀ ਕੇਸ ਫੇਲ ਉਹਨਾਂ ਨੂੰ ਵਾਪਸ ਕਰ ਦੇਣਾ ਜੇ ਅਸਲੀ ਆਈਡੈਂਟੀ ਨਾ ਹੋਈ ਤਾਂ ਉਹ ਸਿਚੁਏਸ਼ਨ ਚੋਂ ਬਚ ਸਕਦੀ। ਅਗਲੇ ਅਪਡੇਟ ਵੱਲ ਚਲਦੇ ਹਾਂ। ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਜਿਸ ਟਾਈਮ ਕਿਸੇ ਵੀ ਘਰ ਦੇ ਵਿੱਚ ਚੋਰੀ ਹੁੰਦੀ ਆ ਤਾਂ ਚੋਰੀ ਹੋਣ ਤੇ ਕੀ ਹੁੰਦਾ ਉਹ ਪੁਲਿਸ ਵਾਲਿਆਂ ਕੋਲ ਜਾਂਦਾ। ਪਰ ਕੀ ਹੋਵੇ ਜੇਕਰ ਪੁਲਿਸ ਹੀ ਚੋਰਾਂ ਦੇ ਨਾਲ ਮਿਲ ਹੀ ਹੋਵੇ। ਇਸ ਤਰ੍ਹਾਂ ਦੀ ਹੀ ਘਟਨਾ ਮਿਲਾਨ ਦੇ ਵਿੱਚ ਇੱਕ ਬਜ਼ੁਰਗ ਔਰਤ ਨਾਂ ਵਾਪਰੀ ਜੋ ਜੱਦੀ ਪੁਸ਼ਤੀ ਅੰਬੀਰ ਸੀ। ਜਿਸ ਨੂੰ ਫੋਨ ਆਂਦਾ ਆ ਵਕੀਲ ਦਾ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਦੇ ਵਿੱਚ ਮੋਹਰਲਾ ਬੰਦਾ ਬਹੁਤ ਫੱਟੜ ਹੋ ਗਿਆ। ਉਸ ਨੂੰ ਗ੍ਰਿਫਤਾਰ ਕਰਨ ਲੱਗੇ ਆ। ਜੇਕਰ ਤੁਸੀਂ ਚਾਹਦੇ ਹੋ ਕਿ ਉਸ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਉਸ ਦੇ ਸਿਰ ਕੇਸ ਨਾ ਹੋਵੇ 12700 ਰੁਪਏ ਸਾਡੇ 12000 ਰੁਪਏ ਕੈਸ਼ ਦੇ ਵਿੱਚ ਦੇ ਦਿਓ ਗੱਲ ਰਫਾ ਦਫਾ ਕਰ ਦਾਂ ਕੋਸ ਟਾਈਮ ਬਾਅਦ ਉਹ ਬਜ਼ੁਰਗ ਔਰਤ ਖਬਰ ਆ ਜਾਂਦੀ ਹੈ ਕੋਸ਼ਿਸ਼ਕ ਸਮੇਂ ਬਾਅਦ ਪੁਲਿਸ ਦਾ ਫੋਨ ਆਦਾ ਕਿ ਮੈਂ ਫਲਾਨੀ ਜਗ੍ਹਾ ਦਾ ਇੰਸਪੈਕਟਰ ਬੋਲ ਰਿਹਾ ਮਾਰੀਸ਼ਾਲੋ ਬੋਲ ਰਿਹਾ ਐਦਾਂ ਐਦਾਂ ਕਰਕੇ ਸਾਨੂੰ ਪੈਸੇ ਚਾਹੀਦੇ ਆ ਨਹੀਂ ਤਾਂ ਮੁੰਡਾ ਤੁਹਾਡਾ ਅਰੈਸਟ ਕਰ ਲੈਣਾ ਅਸੀਂ ਤੁਹਾਨੂੰ ਜਾਣਦੇ ਪਛਾਣਦੇ ਇਸ ਕਰਕੇ ਕੇਸ ਤੋਂ ਦੂਰ ਰੱਖਣਾ ਕਰਦੇ ਕਰਾਂ ਦੇ ਜੀ ਸਾਡੇ 12000 ਤੋਂ ਜਿਹੜੀ ਗੱਲ ਮੁੱਕਦੀ ਆ 3500 ਕੈਸ਼ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਉਸ ਬਜ਼ੁਰਗ ਔਰਤ ਦੇ ਕੋਲ ਨੇੜੇ ਤੇੜੇ ਜੁਐਲਰੀ ਵਗੈਰਾ ਹੁੰਦੀ ਉਹਨੂੰ ਸਾਰੀ ਵਿਰਾਸਤ ਵਿੱਚ ਮਿਲੀ ਹੁੰਦੀ ਆ ਸ਼ਾਇਦ ਉਸ ਔਰਤ ਨੂੰ ਨਹੀਂ ਪਤਾ ਸੀ ਉਹਦਾ ਰੇਟ ਕਿੰਨਾ ਜਿਸ ਦਾ ਰੇਟ ਤਕਰੀਬਨ 16 ਲੱਖ ਰੋਸੀ ਲੈ ਕੇ ਚਲ ਜਾਂਦੇ ਬਚਾ ਇਸ ਗੱਲ ਤੋਂ ਹੋ ਜਾਂਦਾ ਕਿ ਕੈਮਰੇ ਲੱਗੇ ਹੋਏ ਸਨ ਕੈਮਰਿਆਂ ਦੇ ਵਿੱਚ ਸਭ ਕੁਝ ਰਿਕਾਰਡ ਹੋ ਗਿਆ ਬਾਅਦ ਵਿੱਚ ਪੁਲਿਸ ਦੇ ਨਾਲ ਗੱਲਬਾਤ ਹੋਈ ਮੁੰਡੇ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਦਨੂਨਚਾ ਕਰਾਤਾ ਐਫ ਆਈ ਆਰ ਕਰਾਤੀ ਹੁਣ ਇਹ ਜਿਹੜੇ ਚਾਰ ਬੰਦੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਇਸ ਕਰਕੇ ਇਹ ਖਬਰ ਤੁਹਾਨੂੰ ਦੱਸੀ ਜਾ ਰਹੀ ਹੈ ਇੱਕ 사ਵਧਾਨ ਘਰਾਂ ਦੇ ਵਿੱਚ ਲੋਕ ਵਕੀਲ ਬਣ ਕੇ ਪੁਲਿਸ ਬਣ ਕੇ ਚੋਰੀ ਕਰ ਰਹੇ ਹਨ ਜਦੋਂ ਅਸੀਂ ਵਕੀਲ ਦੀ ਗੱਲ ਕਰਦੇ ਹਾਂ ਤਾਂ ਵਕੀਲਾਂ ਦੇ ਵਿੱਚ ਇੱਕ ਹੋਰ ਵਕੀਲ ਆ ਜੋ ਤੁਹਾਨੂੰ ਚੋਰੀ ਦੇ ਚੋਰੀ ਕਰ ਸਕਦਾ ਇਟਲੀ ਦੇ ਵਿੱਚ ਇੱਕ ਔਰਤ ਜਿਸ ਦੀ ਉਮਰ ਤਰਤਾਲ 40 ਤੋਂ 43 ਸਾਲ ਬਾਰੀ ਦੇ ਵਿੱਚ ਸੀ ਉਸ ਨੇ 15 ਕਲਾਇੰਟਾਂ ਤੋਂ 2.5 ਲੱਖ ਐਰੋ ਠੱਗ ਲਿਆ ਠਗਣ ਦਾ ਕਾਰਨ ਕੀ ਸੀ ਇਹ ਕਹਿੰਦੀ ਸੀ ਕਿ ਮੈਂ ਪ੍ਰੋਫੈਸ਼ਨਲ ਵਕੀਲਾ ਸੋਲੀ ਅੜਤ 48 ਸਾਲ ਦੀ ਇਸ ਦੀ ਉਮਰ ਆ। ਐਸ ਟਾਈਮ 3 ਸਾਲ 9 ਮਹੀਨੇ ਤੱਕ ਇਸ ਨੂੰ ਜੇਲ ਹੋ ਸਕਦੀ ਆ। 2015-2016 ਦੇ ਵਿੱਚ ਇਸ ਨੇ ਬਹੁਤ ਸਾਰੇ ਬੰਦਿਆਂ ਨੂੰ ਲੁੱਟਿਆ। ਕਹਿੰਦੇ ਹੋਏ ਕਿ ਮੈਂ ਵਕੀਲ ਆ। ਬਾਅਦ ਵਿੱਚ ਸੀਆਈ ਦੇ ਸੱਤ ਜਦੋਂ ਇਨਕੁਆਰੀ ਹੋਈ ਤਾਂ ਪਤਾ ਇਹ ਲੱਗਾ ਕਿ ਇਹ ਵਕਾਲਤ ਇਹਨੇ ਕਰਨੀ ਸ਼ੁਰੂ ਕੀਤੀ ਸੀ ਆਪਣੀ ਪੜ੍ਹਾਈ ਜਿਹੜੀ ਆ ਸ਼ੁਰੂ ਕੀਤੀ ਸੀ ਯੂਨੀਵਰਸਿਟੀ ਪਰ ਖਤਮ ਨਹੀਂ ਕੀਤੀ। ਇਸ ਕਰਕੇ ਮਾੜਾ-ਮੋਟਾ ਇਸ ਨੂੰ ਨੌਲੇਜ ਸੀ। ਬੰਦਿਆਂ ਕੋ ਪੈਸੇ ਲੈਂਦੀ ਹੀ ਉਹਨਾਂ ਨੂੰ ਬਿੱਲ ਫਾਟੂਰੇ ਨਹੀਂ ਸੀ ਦਿੰਦੀ। ਇਸ ਤਰ੍ਹਾਂ ਬੰਦਿਆਂ ਦੇ ਸਿਰ ਤੋ ਘਾ ਕਰਕੇ ਜਾਂਦੇ ਹੀ ਇਸ ਕਰਕੇ ਆਪਣਾ ਵਕੀਲ ਵੀ ਚੁਣਨਾ ਥੋੜਾ ਸਾਵਧਾਨ ਆਪਣਾ ਜੋ ਅਗਲਾ ਅਪਡੇਟ ਆ ਰਿਹਾ ਜੀ ਮਿਲਾਨ ਤੋਂ ਆ ਰਿਹਾ ਮਿਲਾਨ ਦੇ ਵਿੱਚ ਇੱਕ ਮਾਇਸਟਰੋ ਦੀ ਰੈਲੀ ਹੋਣ ਜਿਹੜੇ ਧਰਮ ਪੜ੍ਹਾਉਂਦੇ ਨੇ ਇਸਾਈ ਤਰ੍ਹਾਂ ਉਹਨੂੰ ਜਿਹੜੇ ਪੜ੍ਹਾਉਂਦੇ ਨੇ ਸਕੂਲ ਦੇ ਵਿੱਚ ਉਸ ਮਾਸਟਰ ਨੇ ਚਾਰ ਬੱਚਿਆਂ ਦਾ ਸ਼ੋਸ਼ਣ ਕੀਤਾ ਸਕੂਲ ਦੇ ਵਿੱਚ ਪਹਿਲਾਂ ਸ਼ੱਕ ਸੀ ਕੈਮਰੇ ਲਾਇਆ ਗਿਆ ਜਿਸ ਤੋਂ ਉਹ ਬੰਦਾ ਫੜ ਹੋ ਗਿਆ ਇਸ ਟਾਈਮ ਉਸਨੂੰ ਜੇਲ ਹੋਣੀ ਹੈ ਜੀ ਕਈ ਵਾਰ ਬੰਦਿਆਂ ਨੂੰ ਪੈਸੇ ਪਾ ਕੇ ਮਸ਼ੀਨਾਂ ਦੇ ਵਿੱਚ ਪੈਸੇ ਪਾ ਕੇ ਖੇਡਣ ਦਾ ਚਸਕਰ ਪੈ ਜਾਂਦਾ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਬੰਦੇ ਪੈਸੇ ਪਾ ਕੇ ਆਪਣਾ ਜਿੱਤਣ ਦੀ ਕੋਸ਼ਿਸ਼ ਕਰਦੇ ਆ ਇਹ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਯੂਹ ਵਾਲੀਆਂ ਮਸ਼ੀਨਾਂ ਜਿਨ੍ਹਾਂ ਨੂੰ ਸਲੋਟ ਮਸ਼ੀਨਸ ਕਿਹਾ ਜਾਂਦਾ ਇਹ ਜੋ ਮਸ਼ੀਨ ਹੁੰਦੀ ਹੈ ਨਾਰਮਲੀ ਇਹਦਾ ਕੀ ਹਿਸਾਬ ਹੁੰਦਾ 35% ਆ ਜਿਹੜੇ ਮਸ਼ੀਨਾਂ ਵਾਲਿਆਂ ਕੋ ਜਾਂਦਾ 25.6% ਆ ਸਟੇਟ ਨੂੰ ਜਾਂਦਾ 9.4% ਜੇ ਉਸ ਦੁਕਾਨ ਦੇ ਵਿੱਚ ਮਸ਼ੀਨ ਲੱਗੀ ਹੋਈ ਆ ਉਸ ਬੰਦੇ ਕੋ ਰਹਿੰਦਾ 9.4% ਹਜ਼ਾਰ ਪਿੱਛੇ 94 ਐਰੋ ਜੇ ਉਸ ਦੁਕਾਨ ਦੇ ਵਿੱਚ ਮਸ਼ੀਨ ਲੱਗੀ ਹੋਈ ਆ ਉਹਦੇ ਕੋਲ ਜਾਂਦਾ ਪਰ ਨਾਰਮਲੀ ਇਹ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਇਹ ਮਸ਼ੀਨਾਂ ਦੇ ਵਿੱਚ ਸਿਸਟਮ ਕੁਝ ਇਦਾਂ ਦਾ ਲੱਗਿਆ ਹੁੰਦਾ ਕਿ ਹਰ ਹਜ਼ਾਰ ਐਰੋ ਪਿੱਛੇ 650 ਐਰੋ ਨੇ ਜਿਤਾਣੇ ਹੁੰਦੇ ਆ ਨਾਰਮਲੀ ਜੇਕਰ ਸਾਰਾ ਇੱਕ ਨੰਬਰ ਚ ਬਰ ਪਰ ਇਟਲੀ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਵਾਲਿਆਂ ਨੇ ਜਦੋਂ ਛਾਪੇ ਮਾਰੇ, ਗਵਾਰਡੀਆ ਦੀ ਫਾਈਨਾਂਸਾਂ ਨੇ ਛਾਪੇ ਮਾਰੇ ਤਾਂ ਉਹਨਾਂ ਦੇ ਵਿੱਚ ਇਹ ਪਤਾ ਲੱਗਾ ਕਿ ਉਹਨਾਂ ਦੇ ਵਿੱਚ ਇੱਕ ਚਿਪ ਲੱਗਦੀ ਆ ਜਿਸ ਦੇ ਨਾਲ ਉਹਨਾਂ ਮਸ਼ੀਨਾਂ ਨੂੰ ਲੱਗਦਾ ਕਿ ਅਸੀਂ ਪੈਸੇ ਦੇ ਦਿੱਤੇ ਤੇ ਉਹ ਜਿਹੜੇ ਸਾਰੇ ਦੇ ਸਾਰੇ ਪੈਸੇ ਦੁਕਾਨ ਵਾਲਿਆਂ ਦੇ ਜੇਬ 'ਚ ਜਾਂਦੇ ਸੀ। ਜੇਕਰ ਤੁਸੀਂ ਵੀ ਮਸ਼ੀਨਾਂ ਦੇ ਵਿੱਚ ਪੈਸੇ ਪਾ ਕੇ ਖੇਡਦੇ ਹੋ ਤਾਂ ਇਸ ਗੱਲ ਦਾ ਖਿਆਲ ਰੱਖਿਓ ਤੁਸੀਂ ਪੈਸੇ ਪਾਈ ਜਾਂਦੇ ਆ ਪਾਈ ਜਾਂਦੇ ਆ ਜਾਂ ਉੱਥੇ ਕੋਈ ਨਹੀਂ ਜਿੱਤ ਰਿਹਾ। ਇਸ ਦਾ ਮਤਲਬ ਕਿ ਉਸ ਮਸ਼ੀਨ ਦੇ ਵਿੱਚ ਏੜਾ ਗੇੜੀ ਕੀਤੀ ਹੋਈ ਆ। ਪਹਿਲੀ ਗੱਲ ਤਾਂ ਇਸ ਤਰ੍ਹਾਂ ਦਾ ਜੂਆ ਖੇਡਣਾ ਹੀ ਨਹੀਂ ਚਾਹੀਦਾ ਉਸ ਤੋਂ ਬਾਅਦ ਸਰਕਾਰ ਇੱਕ ਨਵਾਂ ਕਾਨੂੰਨ ਪਾਸ ਕਰਨ ਜਾ ਰਹੀ ਹੈ ਜੀ ਨਵਾਂ ਕਾਨੂੰਨ ਪਾਸ ਕਰਨ ਜਾ ਰਹੀ ਹੈ ਜਿਹੜੇ ਬੰਦੇ ਆਪਣਾ ਕੰਮ ਖੋਲ ਲੈਂਦੇ ਨੇ ਪਰਤੀਤੇ ਇਹ ਵੇ ਖੋਲ ਲੈਂਦੇ ਨੇ ਟੈਕਸ ਨਹੀਂ ਤਾਰਦੇ ਈਵਾਂ ਨਹੀਂ ਤਾਰਦੇ ਕੰਟਰੀਬੂਤੀ ਨਹੀਂ ਤਾਰਦੇ ਉਹਨਾਂ ਸਾਰੇ ਬੰਦਿਆਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪੈ ਸਕਦੀ ਹੈ ਇਸ ਟਾਈਮ ਇਹ ਸਿਰਫ ਗੱਲਬਾਤ ਚੱਲ ਰਹੀ ਹੈ ਦੂਸਰੇ ਜਿਹੜੇ ਆਪੋਜੀਸ਼ਨ ਵਾਲੇ ਨੇ ਕਹਿ ਰਹੇ ਨੇ ਕਿ ਇਸ ਤਰ੍ਹਾਂ ਦਾ ਪ੍ਰਸਤਾਵ ਮੋਹਰੇ ਵੀ ਰੱਖਣਾ ਬਹੁਤ ਹੀ ਗਲਤਵਾ ਸਰਕਾਰ ਨੂੰ ਇਦਾਂ ਦਾ ਸੋਚਣਾ ਨਹੀਂ ਚਾਹੀਦਾ ਸਰਕਾਰ ਤਾਨੇਸ਼ਾਹੀ ਨਹੀਂ ਕਰ ਸਕਦੀ ਸਰਕਾਰ ਭਾਵੇਂ ਬਹੁਮਤ ਦੇ ਵਿੱਚ ਅਸੀਂਾਂ ਦੀ ਤੱਕੇਸ਼ਾਈ ਕਾਨੂੰਨ ਪਾਸ ਨਹੀਂ ਹੋਣ ਦਾਂਗੇ ਐਸ ਟਾਈਮ ਦੇਖਦੇ ਹਾਂ ਕਿ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਦੀ ਆ ਜਾਂ ਨਹੀਂ ਐਸ ਟਾਈਮ ਇਹ ਸਿਰਫ ਬੋਤਸਾ ਆ ਬੋਤਸਾ ਕਹਿਣ ਦਾ ਭਾਵ ਇੱਕ ਰਾਫ ਪੇਪਰ ਦੇ ਉੱਤੇ ਲਿਖਿਆ ਹੋਇਆ ਕਾਨੂੰਨ ਜੇਕਰ ਪਾਸ ਹੋ ਜਾਂਦਾ ਬਹੁਤ ਸਾਰੇ ਇਟਲੀ ਦੇ ਵਿੱਚ ਜਿਹੜੇ ਈਵਾਂ ਨਹੀਂ ਤਾਰ ਰਹੇ ਟੈਕਸ ਨਹੀਂ ਤਾਰ ਰਹੇ ਉਹਨਾਂ ਦੇ ਸਿਰਫ ਪਿਨਾਲੇ ਹੋ ਸਕਦਾ ਤੇ ਜਿਹੜੇ ਆਪਣੇ ਵੀਰਾਂ ਨੇ ਅਜੇ ਨੈਸ਼ਨੈਲਿਟੀ ਨਹੀਂ ਅਪਲਾਈ ਕੀਤੀ ਬੈਨਾਲੇ ਹੋ ਗਿਆ ਕਾਰਤਾ ਵੀ ਜਾਂਦੀ ਲੱਗਣੀ ਆ ਨੈਸ਼ਨਲਟੀ ਵੀ ਜਾਂਦੀ ਲੱਗ ਇਹ ਜੋ ਈਵਾ ਵੈਸੇ ਘਟ ਤੋਂ ਘਟ 2.5 ਲੱਖ ਤੱਕ ਤੁਸੀਂ ਕੀਤਾ ਹੋਣਾ ਚਾਹੀਦਾ ਪਰ 2.5 ਲੱਖ ਤੋਂ ਉੱਤੇ ਤੁਸੀਂ ਨਹੀਂ ਤਾਰਿਆ ਉਸ ਤੋਂ ਥੱਲੇ ਥੱਲੇ ਨਹੀਂ ਕੁਝ ਹੋਣਾ ਯਾਨੀ ਵੱਡੀਆਂ ਮੱਛੀਆਂ ਨੂੰ ਫੜਨਾ ਛੋਟੀਆਂ ਮੱਛੀਆਂ ਸਾਵਧਨ ਰਹਿ ਸਾਦੀ ਇਹ ਸਮ ਹੁਣ ਤੱਕ ਦੀਆਂ ਸਾਡੀਆਂ ਕੋਈ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੌਂਦਾ ਇਟਾਲੀਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ